ਤੋ ਟ੍ਰੇਲਰ ਦਾ ਐਂਡ ਦੇਖਦੇ ਆ ਨਾ ਉਥੇ ਕੀ ਹੈ ਇੱਕ ਸੰਤਾਂ ਦੀ ਮਾਕੇ ਬੇਸ਼ਪੂਸ਼ਾ ਦੇ ਵਿੱਚ ਇੱਕ ਬੰਦਾ ਬੋਲ ਰਿਹਾ ਉਹ ਕਹਿ ਕੀ ਰਿਹਾ ਕਹਿੰਦਾ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਤੇ ਸਾਨੂੰ ਖਾਲਿਸਤਾਨ ਚਾਹੀਦਾ ਤੇ ਸੰਤਾਂ ਬਾਰੇ ਕੀ ਹੈ ਲਗਭਗ ਸਭ ਨੂੰ ਕਲੀਅਰ ਆ ਕਿ ਸੰਤਾਂ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ ਤੇ ਹੋਰ ਵੀ ਜਿਹੜਾ ਮੈਂ ਕਹੇ ਸਾਡੇ ਤੇ ਜਿਹੜੀਆਂ ਤੌਮ ਤਾਂ ਸਾਡੇ ਤੇ ਥੋਪਿਆ ਗਿਆ ਵੱਖਵਾਦੀ ਜੜਾਤਵਾਦੀ ਸਾਨੂੰ ਬਣਾਉਣ ਦਾ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਮੂਵੀ ਦੇ ਵਿੱਚ ਲਗਭਗ ਮੈਂ ਕਹਿੰਦਾ ਵੀ ਜੇ ਐਮਰਜੈਂਸੀ ਦੇ ਦੌਰ ਤੱਕ ਰੋਗੀ ਤਾਂ ਚੰਗੀ ਹੈ ਜੇ ਉਹ ਤੋਂ ਗਾਹਾਂ ਵੱਧ ਗਈ ਤਾਂ ਮੈਂ ਕਹਿੰਦਾ ਇੱਕ ਇੰਦਰਾ ਗਾਂਧੀ ਕਾਂਗਰਸ ਦੀ ਸੀ ਜਿਨੇ ਕੀ ਇਹ ਮੁਲਕ ਚ ਅੱਗ ਲਾਈ ਸੀ ਤੇ ਦੂਜੀ ਕੀ ਹੈ ਇਹ ਵੀ ਇਹ ਭਾਜੀਪੀ ਦੀ ਇੰਦਰਾ ਗਾਂਧੀ ਹੋ ਜਿਨੇ ਕੀ ਇਹ ਮੈਂ ਕਹਿੰਦਾ ਪੰਜਾਬ ਚ ਖਾਸ ਤੌਰ ਤੇ ਅੱਗ ਜ਼ਰੂਰ ਲੱਗਣੀ ਆ ਕਿਉਂਕਿ ਸਾਡੇ ਉਹ ਜ਼ਖਮ ਤਾਜ਼ਾ ਹੋਣੇ ਜਿਹੜੇ ਐਮਰਜੈਂਸੀ ਕਰਕੇ ਸੀ 84 ਚ ਭੋਗੇ ਆ ਅੱਜ ਇੱਕ ਕੁੜੀ ਦਾ ਬਲਾਤਕਾਰ ਹੁੰਦਾ ਸੀ ਕਿ ਆ ਉਹਦੇ ਨਾਲ ਕੀ ਹੈ ਸੰਵੇਦਨਾ ਵੀ ਰੱਖਦੇ ਆ ਸਾਡੀਆਂ ਭਾਵਨਾਵਾਂ ਵੀ ਹੈਗੀਆਂ ਨੇ ਕਿਸ क्रੂ얼ਟੀ ਨਾਲ ਉਹਦਾ ਕੀਤਾ ਗਿਆ ਸਾਰਾ ਮੁਲਕ ਅੱਜ ਕੀ ਤਰਾ ਤਰਾ ਕਰੀ ਜਾਂਦਾ ਓਏ ਸਾਡੇ ਨਾਲ ਜਿਹੜਾ 84 ਚ ਕੀ ਹੈ ਜਿੰਮੇ ਵਾਪਰੇ ਆ ਨਾ ਗੁਰਦੀਪ ਕੌਰ ਜਦੋਂ ਕਹਾਣੀ ਦੱਸਦੀ ਆ ਨਾ ਬਾਈ ਉਹਨੇ ਦੱਸਿਆ ਕੀ ਹੈ ਕਹਿੰਦੀ ਵੀ ਮੇਰੇ ਤਿੰਨ ਪੁੱਤ ਪਹਿਲਾ ਘਰ ਵਾਲਾ ਤਿੰਨ ਪੋਤੋ ਦੀਆਂ ਅੱਖਾਂ ਸਾਹਮਣੇ ਪਾੜੇ ਗਏ ਆ ਜਿਉਂਦੇ ਮਚਾਏ ਜਾਂਦੇ ਆ ਤੇ ਇੱਕ ਜਿਹੜਾ ਸਭ ਤੋਂ ਕੀ ਆ ਛੋਟਾ ਮੁੰਡਾ ਉਹਦੇ ਸਾਹਮਣੇ ਉਹਦਾ ਕੀ ਆ 15 ਬੰਦੇ ਰੇਪ ਕਰਦੇ ਆ ਤੇ ਹੋਰ ਕੁੜੀਆਂ ਨਾਲ ਜਿਹੜਾ ਕੁਝ ਹੋਇਆ ਉਹ ਦੌਰ ਦੇ ਵਿੱਚ ਸਾਰਾ ਕੁਝ ਸਾਡੇ ਜਿਹਨ ਦੇ ਵਿੱਚ ਆਉਂਦਾ ਤਾਂ ਅੱਗ ਲੱਗਦੀ ਆ ਉਹ ਅੱਗੇ ਲਾਉਣ ਨੂੰ ਫਿਰਦੇ ਆ ਜ਼ਖਮ ਮੈਂ ਕਹਿੰਦਾ ਵੀ ਅੱਜ ਸਾਰਾ ਮੂਲਕ ਉੱਠਿਆ ਚੰਗੀ ਗੱਲ ਆ ਬੋਲਣਾ ਚਾਹੀਦਾ ਇਸ ਮੁੱਦੇ ਦੇ ਉੱਤੇ ਪਰ ਜਦੋਂ ਸਾਡੇ ਨਾਲ ਹੋਇਆ ਉਦੋਂ ਕੋਈ ਬੋਲਿਆ ਕਿਸੇ ਨੇ ਭਾਵਨਾਵਾਂ ਆ ਕੇ ਆਵਦੀ ਦਿਖਾਈ ਉਹਦੇ ਬਾਰੇ ਮੈਂ ਕਹਿੰਦਾ ਵੀ ਜੇ ਉਹ ਚੀਜ਼ਾਂ ਸਾਡੇ ਜ਼ਖਮ ਚੇੜਨ ਦਾ ਕੰਮ ਕੋਸ਼ਿਸ਼ ਨਾ ਇਹਨੇ ਕਰਨੀ ਕੋਸ਼ਿਸ਼ لازਮੀ ਆ ਬਾਈ ਕਿਉਂਕਿ ਇਹਨੇ ਪਹਿਲਾਂ ਵੀ ਕੀ ਆ ਕਦੇ ਫਿਰ ਮਾਫੀ ਮੰਗਣ ਲੱਗ ਵੀ ਮੈਂਟ ਲਾਉਂਦੀ ਐ ਇਹਨੇ ਉਦੋਂ ਜੋ ਕਿਸਾਨਾਂ ਨੇ ਘੇਰੋ ਘਰਾਓ ਕੀਤਾ ਉਦੋਂ ਫਿਰ ਮਾਫੀ ਵੀ ਮੰਗੀ ਸੀ ਤੇ ਜਾ ਕੇ ਫਿਰ ਜਿਹੜਾ ਕਹਿੰਦੀ ਆ ਕਿਉਂਕਿ ਆਪਦੇ ਆਪ ਨੂੰ ਸਭ ਤੋਂ ਸਿਆਣੀ ਮੰਨਦੀ ਆ ਕਹਿੰਦੀ ਮੈਂ ਜਿਹੜੀ ਸਟੇਟਮੈਂਟ ਦੰਨੀ ਆ ਉਹਦੇ ਤੇ ਲੋਕ ਜਲਸੀ ਕਰਦੇ ਆ ਅਸਲ ਵਿੱਚ ਗੰਦ ਤੋਂ ਹਰੇਕ ਟਲਦਾ ਇਹ ਇੰਡਸਟਰੀ ਚ ਰਹੀ ਐ ਇੰਡਸਟਰੀ ਜਿਹਨੇ ਗੰਦੀ ਸਿੱਟਿਆ ਬਾਈ ਦੂਜਿਆਂ ਤੇ ਤੇ ਕਿਰਦਾਰ ਆਵਦਾ ਨਹੀਂ ਦੇਖ ਦੀ ਜੇ ਚਾਰ ਚਾਰ ਪੰਜ ਪੰਜ ਬੰਦਿਆਂ ਨਾਲ ਤਾਂ ਫਿਜ਼ੀਕਲ ਰਿਲੇਸ਼ਨ ਚ ਰਹੇ ਕੇ ਮੁੜ ਕੇ ਤੋਮਤਾ ਲਾਉਣੀ ਤੇਰਾ ਕਿਰਦ ਤਾਂ ਇਹ ਕਿਰਦਾਰ ਨੂੰ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਆ ਪਰ ਮੈਂ ਕਹਣਾ ਵੀ ਭਾਜਪਾ ਨੂੰ ਕਿਰਦਾਰ ਨਹੀਂ ਚਾਹੀਦੇ ਭਾਜਪਾ ਨੂੰ ਸਿਰਫ ਕੀ ਆ ਉਹੋ ਜਿਹੇ ਭੌਂਕੇ ਚਾਹੀਦੇ ਆ ਜਿਹੜੇ ਭੌਂਕੇ ਕੀ ਆ ਲੋਕਾਂ 'ਚ ਫੇਮਸ ਹੋਣ ਤੇ ਉਹ ਲੋਕ ਇਹਨਾਂ ਕੋਲ ਇੱਕ ਸਭ ਤੋਂ ਜਿਹੜਾ ਮੈਂ ਕਿ ਕੈਰੇਕਟਰ ਬਦਨਾਮ ਕੈਰੇਕਟਰ ਮੈਂ ਤਾਂ ਕਹੂੰਗਾ ਮੁਲਕ ਦਾ ਸਭ ਤੋਂ ਇਹੀ ਆ ਇਹਨੇ ਉਦੋਂ ਵੀ ਪਸੂੜੀ ਪਾਈ ਰੱਖੀ ਐ ਇੰਡਸਟਰੀ ਦੇ ਵਿੱਚ ਵੀ ਤੇ ਇੱਧਰ ਵੀ ਪਸੂੜੀ ਪਾਈ ਰੱਖਦੀ ਆ ਕੀ ਲੱਗਦਾ ਕੰਗਨਾ ਇਹ ਫਿਲਮ ਦੇ ਰਾਹੀਂ ਆਗ ਲਾ ਕੇ ਡੱਬੂ ਕੰਨਤੇ ਵਾਲੀ ਗੱਲ ਕਰੇਗੀ ਬਿਲਕੁਲ ਬਾਈ ਮੈਂ ਕਹਣਾ ਵੀ ਇਹਨਾਂ ਨੇ ਲਾਉਣਾ ਉਹੀ ਆ ਪਰ ਮੈਂ ਇੱਕ ਗੱਲ ਕਰਦਾ ਵੀ ਪੰਜਾਬੀਆਂ ਵਾਸਤੇ ਨਾ ਇੱਕ ਬੜਾ ਵਧੀਆ ਮੌਕਾ ਇਹ ਪੰਜਾਬੀ ਕੀ ਉਸ ਐਮਰਜੈਂਸੀ ਦੇ ਵਿੱਚ ਆਪਦੇ ਰੋਲ ਨੂੰ ਵੀ ਜਾਣਨ ਉਹਦੇ ਵਾਸਤੇ ਜਾਂਦਾ ਚੰਗੀਆਂ ਕਿਤਾਬਾਂ ਪੜ੍ਹਨ ਜਾਂ ਚੰਗੇ ਜਿਹੜੇ ਸਕਾਲਰ ਬੰਦੇ ਬੈਠੇ ਉਹਦੇ ਬਾਰੇ ਚਰਚਾ ਜ਼ਰੂਰ ਛੇੜਨ ਤਾਂ ਕਿਉਂਕਿ ਸਾਡੇ ਲੋਕ ਨਾ ਕੱਲੇ ਬਈ ਆ ਸੋਸ਼ਲ ਮੀਡੀਆ ਤੱਕ ਸੀਮਿਤ ਰਹਿ ਗਏ ਸਾਨੂੰ ਆਪਦਾ ਰੋਲ ਜਾਣ ਕੇ ਫੇਰ ਕੰਗਣਾ ਦੇ ਉੱਤੇ ਕੀ ਟਿੱਪਣੀ ਕਰਨੀ ਬਣਦੀ ਹੈ ਜਿਹੜੇ ਬੰਦੇ ਉਸ ਦੌਰ ਨੂੰ ਜਾਣਦੇ ਆ ਐਮਰਜੈਂਸੀ ਨੂੰ ਜਾਣਦੇ ਆ ਐਮਰਜੈਂਸੀ 'ਚ ਕੀ ਕੁਝ ਹੋਇਆ ਠੀਕ ਹੈ ਨਾ ਮੈਂ ਕਹਿੰਦਾ ਇਹਦਾ ਵਿਰੋਧ ਐਸਜੀਪੀਸੀ ਦਾ ਕਰ ਹੀ ਕਰੇ ਕਿਉਂਕਿ ਸਾਡੇ ਕੀ ਜਿਹੜੇ ਸਿੱਖ ਯੋਧੇ ਆ ਉਹਨਾਂ ਨੂੰ ਜਿਵੇਂ ਉਹਦੇ ਚ ਕੀ ਇੱਕ ਬਈ ਟਰੇਲਰ ਦੇ ਵਿੱਚ ਹੀ ਦਿਖਾਇਆ ਜਾ ਰਿਹਾ ਕਿ ਸਿੱਖ ਨੌਜਵਾਨ ਖੜੇ ਗੱਡੀ ਦੇ ਵਿੱਚ ਬੈਠੇ ਇੱਕ ਕਟਿੰਗ ਵਾਲੇ ਬੰਦੇ ਦੇ ਉੱਤੇ ਫਾਇਰਿੰਗ ਕਰ ਰਹੇ ਆ ਉਹ ਦਿਖਾਇਆ ਕੀ ਜਾ ਰਿਹਾ ਕਿ Hindu ਤੇ ਮਾ ਕੇ ਸਿੱਖਾਂ ਦੀ ਨਫ਼ਰਤ ਨੂੰ ਪੜਕਾਇਆ ਜਾ ਰਿਹਾ ਪਰ ਉਦੋਂ Hindu ਸਿੱਖ ਦੀ ਨਫ਼ਰਤ ਜਿਹੜੀ ਪੈਦਾ ਕੀਤੇ ਜੜੋਂ ਹੋਈ ਸੀ ਉਹ ਬੇਸ਼ੱਕ ਕਾਂਗਰਸ ਜੜੋਂ ਹੋਈ ਸੀ ਪਰ ਮੈਂ ਕਹਣਾ ਵੀ ਉਹ ਇੱਕ ਬੰਦੇ ਦੀ ਗਲਤੀ ਕਰਕੇ ਠੀਕ ਹੈ ਨਾ ਜੋ ਕੁਝ ਵਾਪਰਿਆ ਮੈਂ ਕਹਿੰਦਾ ਇਹਦਾ ਵਿਰੋਧ ਕਾਂਗਰਸ ਨੂੰ ਵੀ ਕਰਨਾ ਚਾਹੀਦਾ ਅਸਲ ਦੇ ਵਿੱਚ ਕੀ ਆ ਕਾਂਗਰਸ ਨੂੰ ਡੀਫੇਮ ਕਰਨ ਵਾਸਤੇ ਹੋਰ ਬੜੇ ਮਾਇਕ ਕਾਰਨਾ ਅੱਜ ਕੁਰਸੀ ਨੂੰ ਮਾ ਕੇ ਖੜਾ ਦੇ ਬਚਾਉਣ ਵਾਸਤੇ ਬਹੁਤ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੌਰ ਦੇ ਵਿੱਚ ਜਿਹੜੀ ਨਸਬੰਦੀ ਹੋਈ ਸੀ ਉਸ ਨੇ ਮਾ ਕੇ ਕਿਹੜਾ ਲੋਕਾਂ ਤੇ ਅਸਰ ਪਾਇਆ ਸੀ ਥੋੜਾ ਮੋਟਾ ਨਹੀਂ ਬਈ ਲਗਭਗ 60 ਲੱਖ ਲੋਕਾਂ ਦੀ ਨਸਬੰਦੀ ਕੀਤੀ ਗਈ ਸੀ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਨਸਬੰਦੀਆਂ ਕੀਤੀਆਂ ਗਈਆਂ ਸੀ ਉਹਦਾ ਕਾਰਨ ਕੀ ਸੀ ਕਿਉਂਕਿ ਸਾਡੀ ਜਿਹੜੀ ਨਸਲ ਸੀ ਉਹ ਤੋਂ ਇਹ ਡੋਕ ਡਰਦੇ ਸੀ